ਘੁੰਮਣ ਗਿਆ ਸੀ ਪੂਰਾ ਪਰਿਵਾਰ, ਪਿੱਛੋਂ ਚੋਰਾਂ ਨੇ ਕੀਤਾ ਘਰ ਖਾਲੀ। ਮੰਜਾ ਵੀ ਨਹੀਂ ਛੱਡਿਆ ਚੋਰਾਂ ਨੇ, ਉਹ ਵੀ ਲੈ ਗਏ ਨਾਲ। ਤਾਂ ਦੱਸ ਕੇ ਪਰਿਵਾਰ ਘੁੰਮਣ ਦੇ ਲਈ ਸ਼੍ਰੀਨਗਰ ਗਿਆ ਸੀ ਤਾਂ ਪਿੱਛੋਂ ਘਰ ਦੇ ਵਿੱਚ ਚੋਰ ਵੜ ਜਾਂਦੇ ਨੇ, ਜਿਨ੍ਹਾਂ ਦੇ ਵੱਲੋਂ ਉਹਨਾਂ ਦਾ ਘਰ ਖਾਲੀ ਕਰ ਦਿੱਤਾ ਜਾਂਦਾ ਹੈ। ਤਾਂ ਇਸ ਸੰਬੰਧੀ ਫਿਰ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਤਾਂ ਦੱਸਦੇ ਕਿ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ, ਜਿੱਥੇ ਪਰਿਵਾਰ ਘੁੰਮਣ ਦੇ ਲਈ ਸ਼੍ਰੀਨਗਰ ਗਿਆ ਹੋਇਆ ਸੀ ਤਾਂ ਪਿੱਛੋਂ ਚੋਰਾਂ ਦੇ ਵੱਲੋਂ ਇਹਨਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਅੰਦਰ ਵੜ ਕੇ ਘਰ ਦੇ ਵਿੱਚ ਪਿਆ ਏਸੀ, ਕੈਮਰੇ, ਡੀਵੀਡੀ, 2 ਸਿਲੰਡਰ ਅਤੇ ਘਰ ਦੇ ਮੰਜੇ ਤੇ ਸੋਨਾ ਅਤੇ ਨਾਲ ਨਗਦੀ ਵੀ ਚੋਰੀ ਕਰਕੇ ਲੈ ਜਾਂਦੇ ਨੇ। ਤਾਂ ਚੋਰਾਂ ਦੇ ਵੱਲੋਂ ਵੱਡੀ ਵਾਰਦਾਤ ਕੀਤੀ ਗਈ ਹੈ, ਜਿੱਥੇ ਇਹਨਾਂ ਦੇ ਵੱਲੋਂ ਸਾਰਾ ਹੀ ਘਰ ਖਾਲੀ ਕਰ ਦਿੱਤਾ ਗਿਆ ਹੈ। ਤਾਂ ਮੰਜੇ ਵੀ ਨਹੀਂ ਛੱਡੇ ਇਹਨਾਂ ਚੋਰਾਂ ਨੇ, ਜਿੱਥੇ ਕਿ ਪਰਿਵਾਰ ਘੁੰਮਣ ਦੇ ਲਈ ਸ਼੍ਰੀਨਗਰ ਗਿਆ ਹੋਇਆ ਸੀ ਤਾਂ ਪਿੱਛੋਂ ਉਹਨਾਂ ਨੂੰ ਮੌਕਾ ਮਿਲ ਗਿਆ ਅਤੇ ਇਹ ਫਿਰ ਘਰ ਦੇ ਵਿੱਚ ਵੜਦੇ ਨੇ ਅਤੇ ਸਾਰਾ ਸਮਾਨ ਚੋਰੀ ਕਰਕੇ ਲੈ ਜਾਂਦੇ ਨੇ। ਤਾਂ ਪਰਿਵਾਰ ਦੇ ਵੱਲੋਂ ਕਈ ਆਪਣੇ ਕਰੀਬੀਆਂ 'ਤੇ ਇਲਜ਼ਾਮ ਵੀ ਲਗਾਏ ਗਏ ਨੇ। ਤਾਂ ਪੁਲਿਸ ਨੂੰ ਇਸ ਸੰਬੰਧੀ ਉਹਨਾਂ ਨੇ ਸ਼ਿਕਾਇਤ ਦੇ ਦਿੱਤੀ ਹੈ ਤਾਂ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਮੇਰੇ ਘਰ 'ਚ ਚੋਰੀ ਹੋਈ, ਮੇਰੇ ਬ੍ਰਦਰ ਦੇ ਘਰ, ਮੈਂ ਆਪਣੇ ਸਹੁਰੇ ਪਰਿਵਾਰ ਰਹਿੰਦੀ, ਉੱਥੋਂ ਮੈਂ ਆਪਣੇ ਪੇਕਿਆਂ ਦੇ ਘਰ ਆ ਕੇ ਰਹਿ ਰਹੀ। ਇੱਥੇ ਮੇਰਾ ਬ੍ਰਦਰ ਦੇ ਘਰ ਚੋਰੀ ਹੋ ਗਈ ਹੈ। ਮੇਰਾ ਬ੍ਰਦਰ ਮਿਹਨਤ ਮਜ਼ਦੂਰੀ ਕਰਦਾ ਸੀ, ਕੰਪਨੀ 'ਚ ਰਹਿੰਦਾ ਸੀ। ਇੱਥੋਂ ਮਤਲਬ ਚੋਰੀ ਕਾਫੀ 2-2.5 ਲੱਖ ਰੁਪਏ ਦੀ ਚੋਰੀ ਹੋਈ ਆ। ਅਸੀਂ ਘੁੰਮਣ ਫਿਰਨ ਗਏ ਹੋਏ ਸੀ, ਸਾਡੇ ਭੂਆ ਜੀ ਦੇ ਲੜਕੇ ਨੇ ਸਾਨੂੰ ਦੱਸਿਆ ਮਗਰੋਂ ਕਿ 27 ਤਰੀਕ ਨੂੰ, 24 ਤਰੀਕ ਨੂੰ ਅਸੀਂ ਗਏ ਹਾਂ, 27 ਤਰੀਕ ਨੂੰ ਸਾਨੂੰ ਪਿੱਛੇ ਕਾਲ ਕਰਕੇ ਦੱਸਿਆ ਸਾਨੂੰ ਕਿ ਤੁਹਾਡੇ ਘਰੇ ਚੋਰੀ ਹੋ ਗਈ ਹੈ, ਤਾਲੇ ਟੁੱਟੇ ਆ। ਨਹੀਂ ਸਰ, ਮੇਰੇ ਚਾਚੇ ਸਹੁਰੇ 'ਤੇ ਮੈਨੂੰ ਸ਼ੱਕ ਆ। ਮੇਰਾ ਚਾਚਾ ਸਹੁਰੇ ਨੇ ਕਾਫੀ ਵਾਰ ਮਿਹਨਤਾਂ ਮੁੱਕੀਆਂ ਦਿੱਤੀਆਂ ਮੈਨੂੰ, ਵੈਸੇ ਸਹੁਰੇ ਤੋਂ ਮੈਨੂੰ ਵੈਸੇ ਵੀ ਖਤਰਾ ਵਾ, ਮੇਰਾ ਘਰ ਬਰਬਾਦ ਕੀਤਾ, ਮੇਰੇ ਘਰ ਵਾਲੇ ਨੇ ਵੈਸੇ ਵੀ ਉਹਨੇ ਮਰਵਾ ਦਿੱਤਾ ਸੀ, ਉਹਨੇ ਚਾਚੇ ਸਹੁਰੇ ਨੇ। ਉਹ ਤੋਂ ਡਰਦੀ ਮੈਂ ਆਪਣੇ ਪੇਕੇ ਪਰਿਵਾਰ 'ਚ ਆ ਗਈ, ਇਸ ਲਈ ਮੈਨੂੰ ਉਹਦੇ ਤੋਂ ਖਤਰਾ ਵਾ, ਮੈਨੂੰ ਉਹਦੇ 'ਤੇ ਡਾਊਟ ਆ। ਕੀ ਮੰਗ ਰਹੇ ਹੋ? ਸਾਡੀ ਮੰਗ ਇਹੀ ਕਿ ਪ੍ਰਸ਼ਾਸਨ ਕੋਲ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ, ਸਾਡੀ ਸੁਣਵਾਈ ਕੀਤੀ ਜਾਵੇ। ਗੱਲ ਇਹ 24 ਤਰੀਕ ਤੋਂ ਅਸੀਂ ਗਏ ਹਾਂ ਕਸ਼ਮੀਰ ਘੁੰਮਣ ਬੱਚਿਆਂ ਨੂੰ ਲੈ ਕੇ, ਅਤੇ ਸਰ ਮੇਰੇ ਘਰ ਚੋਰੀ ਹੋ ਗਈ ਹੈ ਘੱਟੋ। ਹਾਂਜੀ, ਮੈਂ ਕੰਪਨੀ ਦੇ ਵਿੱਚ ਕੰਮ ਕਰਦਾ ਹਾਂ, ਅਤੇ 2-2.5 ਲੱਖ ਦਾ ਅਮਾਊਂਟ ਆ ਜਿਹੜਾ ਮਤਲਬ ਚੋਰੀ ਹੋਇਆ ਆ। ਮੈਂ ਬੜੀ ਮਿਹਨਤ ਨਾਲ ਭਾਈ ਕੰਮ ਕਰਦਾ ਕੰਪਨੀ ਦੇ ਵਿੱਚ। ਭਾਈ ਫਰਿੱਜ ਹੈਗਾ ਆ, ਏਸੀ ਹੈ, ਐਲਸੀਡੀ ਹੈ, ਕੋਈ ਸੋਨਾ ਆ, ਕੈਮਰੇ ਆ ਨਾਲ ਲੈ ਗਏ, ਕੈਸ਼ ਆ ਭਾਈ। ਹਾਂਜੀ, ਅਤੇ 27 ਤਰੀਕ ਨੂੰ ਭਾਈ ਮੇਰਾ ਕਜ਼ਨ ਆ, ਭੂਆ ਦਾ ਲੜਕਾ, ਉਹਨੇ ਸਾਨੂੰ ਫੋਨ ਕਰਕੇ ਦੱਸਿਆ ਉਹ ਘਰ ਵਿੱਚ ਫੇਰਾ ਫੂਰਾ ਮਾਰਨ ਆਉਂਦਾ ਸੀ, ਜਦ ਨੇ ਆ ਕੇ ਦੇਖਿਆ ਤਾਂ ਤਾਲੇ ਤੁਲੇ ਟੁੱਟੇ ਸੀ ਸਰ। ਹਾਂਜੀ ਹੋਈ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਮੈਂ ਹੱਥ ਜੋੜ ਕੇ ਹੱਥ ਬੰਨ ਕੇ ਬੇਨਤੀ ਆ ਭਾਈ ਪ੍ਰਸ਼ਾਸਨ ਨੂੰ ਕਿ ਇਹਦੇ ਵਿੱਚ ਕੋਈ ਕਾਰਵਾਈ ਕੀਤੀ ਜਾਵੇ, ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਕਮਲਜੀਤ ਕੌਰ ਆ ਜੀ, ਵਾਈਫ ਗੁਰਜੀਤ ਸਿੰਘ, ਅਤੇ ਇਹਨਾਂ ਤੋਂ ਲਾਹ ਸਾਨੂੰ ਹੁਣੇ ਦੱਸੀ ਵੀ ਕੋਈ ਬਾਹਰ ਗਏ ਅਤੇ ਚੋਰੀ ਹੋਈ ਆ, ਆਪਾਂ ਵੈਰੀਫਾਈ ਕਰਦੇ ਹਾਂ, ਹੁਣੇ ਕਰਕੇ ਵੈਰੀਫਾਈ ਜੋ ਵੀ ਕਾਰਵਾਈ ਮਰਜ਼ੀ ਕਰਾਂ। ਇਹ ਕਹਿੰਦੇ ਘੁੰਮਣ ਗਏ ਆ, ਇਹਨਾਂ ਦੇ ਕਹਿਣ ਮੁਤਾਬਕ ਘੁੰਮਣ ਗਏ ਆ ਅਤੇ ਮਗਰੋਂ ਚੋਰੀ ਹੋਈ, ਉਹ ਵੈਰੀਫਾਈ ਕਰਦੇ ਹਾਂ ਜੀ ਕੀ ਹੋਇਆ ਵਾ, ਜੋ ਵੀ ਹੋਇਆ ਕਾਨੂੰਨੀ ਕਾਰਵਾਈ ਕਰਦੇ। ਹਾਂਜੀ ਹਾਂਜੀ ਹਾਂਜੀ।